सजिया बहुत घैंट होया साढ़ा पी हां जी गाइस की हाल चाल आ गया नवे व्लॉग दे नाल। लास्ट व्लॉग ती देखिया आपां सर दे बर्थडे ते गए सी सेलिब्रेट कीता, थोड़ियां महफलां सजाईयां सी, गल्लां बातां म्यूजिक दे रिलेटेड होईयां सी, सो काफी वधिया रहा कल दा दिन। ते व्लॉग तां चलो छोटा जिहा इक बना के यादगार पल बना लिया। ते अज हो गई तरीक 5, दिन वीरवार दा। वीरवार मतलब पीरां दा वार। अज एक तां चलो पीरां दा वार है, ते उत्तों दीवान हैगा साडे जिहड़ा इत्थे पीरखाना मेन हैगा, उत्ते साल बाद इक शुभ दीवान लगदा हुंदा, मतलब काफी मेले दी तरह कह लईए इक लाइक सत्संग वड्डा हुंदा इदां कह लईए। सो अज ओह वी पीरखाने हैगा, तुहानू उत्थे लै के चलांगे। ज्यादा व्लॉग नहीं आपां करांगे, डेली व्लॉग अज सीधा तुहानू उत्थे लै के चलांगे पीरां दे दीवान ते। लो जी भैणां आ चुकीआं। सो टाइम हो गया जी 9:45, ते जिद्दां कि मैं तुहानू पिछे दस के आया सी वी आपां सीधा दीवान ते मिलदे आ। सो पीरखाने दे दीवान ते आपां पहुंच चुके आ, पूरी गली दी रौनकां नाल भरी होई है, वैसे रश पूरा है, ते मेरे नाल गोला ते रिदू आए आ। चलो जी लै के चलीए तुहानू दीवान ते, रश देखने तो बहुत लग रहा, बाकी अगे जाके पता लगूगा। सो इधर जोड़ा घर है, पहला जोड़े ला दिए, जमा करा दिए। लो जी इतने लंगर चल रहे कुल्फिया, ता करके रश ज्यादा है। चल आप आगे चलिए। ਰਿਦੂ ਖਾਣੀ ਤੂੰ ਇਸ ਦੀਵਾਨ ਤੇ ਆਪਾਂ 2-3 ਸਾਲ ਪਹਿਲਾਂ ਆਏ ਸੀਗੇ, ਉਦੋਂ ਵੀ ਏਦਾਂ ਹੀ ਰਸ਼ ਸੀਗਾ, ਤੇ ਹੁਣ ਵੀ ਦੇਖਣ 'ਚ ਤਾਂ ਬਹੁਤ ਲੱਗ ਰਿਹਾ। ਬਾਕੀ ਚੱਲਦੇ ਹਾਂ, ਮੱਥਾ ਟੇਕ ਕੇ ਆਉਂਦੇ ਹਾਂ, ਪਹਿਲਾਂ ਦੁਕਾਨਾਂ ਵੀ ਲੱਗੀਆਂ ਹੋਈਆਂ। ਛਬੀਲ ਲੱਗੀ ਹੋਈ ਇੱਧਰ, ਰਿਦੂ ਗੁੰਮ ਨਾ ਜਾਈ, ਧਿਆਨ ਨਾਲ ਹੱਥ ਫੜ ਲਾ ਮੇਰਾ, ਹੱਥ ਫੜ ਲਾ ਹੱਥ। ਇੱਧਰ ਵੀ ਕਿਸੇ ਚੀਜ਼ ਦਾ ਲੰਗਰ ਹੈਗਾ। ਦੱਸੋ ਇੱਧਰ ਵੀ ਲੰਗਰ ਕਿਸੇ ਚੀਜ਼ ਦਾ। ਚਲੋ 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 ਮੱਥਾ ਟੇਕ ਕੇ ਆਉਂਦੇ ਹਾਂ ਪਹਿਲਾਂ। ਚੱਲ ਮੇਰਾ ਵੀਰ ਇੱਧਰ ਚੱਲਦੇ ਹਾਂ ਪਹਿਲਾਂ ਮੱਥਾ ਟੇਕਣ। ਰਸ਼ ਹੀ ਬੜਾ ਯਾਰ, ਕਮਾਲ ਹੋਈ। ਕਿੱਥੇ ਲੱਗਿਆ ਸੀਗਾ ਅੰਦਰ? ਪੂਰੀ ਤਰ੍ਹਾਂ ਡੈਕੋਰੇਟ ਹੋਇਆ ਪਿਆ ਮੰਦਿਰ। ਜੈ ਪੀਰਾਂ ਦੀ, ਜੈ ਪੀਰਾਂ ਦੀ। ਟੇਕ ਲਿਆ ਮੈਂ, ਤੁਹਾਨੂੰ ਦੂਜੇ ਪਾਸੇ ਚੱਲਿਆ ਸਾਹਮਣੇ ਵਾਲੇ ਪਾਸੇ। ਸਜਿਆ ਬਹੁਤ ਘੈਂਟ ਹੋਇਆ ਸਾਰਾ, ਇੱਧਰ ਵੀ ਤਾਂ ਜ਼ਿਆਦਾ ਹੀ ਸੀ। ਦੂਜੇ ਪਾਸੋਂ ਵੀ ਮੱਥਾ ਟੇਕ ਲਿਆ ਤੇ ਮਿਲਿਆ ਜਲੇਬੀ ਦਾ ਪ੍ਰਸ਼ਾਦ। ਇਧਰੋਂ ਮੱਥਾ ਟੇਕ ਕੇ ਆਏ ਆ, ਤੇ ਇਸ ਪਾਸੇ ਲੰਗਰ ਚੱਲ ਰਿਹਾ। ਸਾਡੀ ਸਲਾਹ ਹੈ ਨਹੀਂ ਖਾਣ ਦੀ, ਦਾਲ ਫੁਲਕੇ ਦਾ ਆਪਣੀ ਹੈਗੀ ਆ।
ਰਿਤੂ ਦੀ ਹੈ ਨੀ ਗੀ ਇਹਨੂੰ ਗੱਲ ਤਾਂ ਹੈਗੀ ਹੈ ਖਾਣ ਦੀ ਪਰ ਰਸ਼ ਬਹੁਤ ਜ਼ਿਆਦਾ ਯਾਰ ਬਾਕੀ ਵੇਖ ਕੇ ਆਈਏ ਅੱਗੇ ਦੇਖ ਆਈਏ ਹੋਰ ਇੱਧਰ ਦਾਲ ਫੁਲਕੇ ਦਾ ਲੰਗਰ ਹੈ ਜਿਹੜਾ ਮਗਰ ਤੁਹਾਨੂੰ ਦਿਖਾਇਆ ਕਿ ਫਰੂਟੀਆਂ ਕੁਲਫੀਆਂ ਦਾ ਲੰਗਰ ਸੀਗਾ ਆਹ ਦੇਖੋ ਕਿੰਨਾ ਰਸ਼ ਹੈ ਰਿਤੂ ਵੀਰ ਜੇ ਤੁਹਾਨੂੰ ਵੀ ਕੁਛ ਨਹੀਂ ਦਿਖ ਰਿਹਾ ਨਾ ਬਸ ਅਸੀਂ ਤਾਂ ਫਿਰ ਇੱਥੇ ਆਈ ਨੀ ਹੈਗਾ ਹੋਇਆ ਕੈਂਸਲ ਹੁਣ ਇੱਧਰ ਜਾ ਰਹੇ ਵਾਪਸ ਜਿੱਧਰੋਂ ਆਏ ਸੀਗੇ ਇੱਧਰ ਜਿਹੜਾ ਚਾਹ ਦਾ ਲੰਗਰ ਵੀ ਹੈਗਾ ਸੋ ਚਾਟ ਵਾਲੀ ਲਾਈਨ ਚ ਆਪਾਂ ਲੱਗ ਗਏ ਹਾਂ ਇੱਧਰ ਚਾਟ ਦਾ ਲੰਗਰ ਚੱਲ ਰਿਹਾ ਇੱਧਰ ਸ਼ਮੀਲ ਹੈ ਫਰੂਟ ਚਾਟ ਆਪਾਂ ਖਾ ਲਈ ਹੁਣ ਸ਼ਮੀਲ ਪੀਨੇ ਆਇਓ ਆਇਆ ਯਾਰ ਵੇਖਣਾ ਕੀ ਹੈ ਮਿਲੀ ਨੀ ਕਿਵੇਂ ਪੀ ਲਓ ਥੋੜਾ ਥੋੜਾ ਯਾਰ ਕਿਵੇਂ ਹੈ ਠੀਕ ਹੈ ਹਾਂਜੀ ਹੋਰ ਦੱਸੋ ਕੀ ਖਾਣਾ ਪੀਣਾ ਰੋਟੀ ਲੈ ਕੇ ਆਇਆ ਨਾਲ ਸ਼ਮੀਲ ਵੀ ਪੀ ਲਈ ਹੁਣ ਅੱਗੇ ਬੋਤਲਾਂ ਦੀ ਸੇਵਾ ਕੋਲਡ ਡਰਿੰਕ ਲਿਆ ਯਾਰ ਲਿਆ ਯਾਰ ਸੰਤਰੇ ਨੀ ਪੀਣੀ ਹੈ ਯਾਰ ਚਲੋ ਜੀ ਕੈਚ ਕਰ ਲਈ ਆਪਾਂ ਬੋਤਲਾਂ ਇਹ ਸੰਤਰਾ ਆ ਲੈਮਨ ਆਪਾਂ ਨੂੰ ਮਿਲਿਆ ਤਿੰਨ ਤਿੰਨ ਰੁਪਇਆ ਲੈਣਾ ਸੇਵਾ ਸੇਵਾ ਹੀ ਹੁੰਦੀ ਭਾਵੇਂ 3 ਰੁਪਏ ਦੀ ਹੋਵੇ ਭਾਵੇਂ 10 ਰੁਪਏ ਦੀ ਹੋਵੇ ਮਾੜੀ ਕੀ ਸੇਵਾ ਹਾਂ ਬੋਲਾ ਨਹੀਂ ਹੁਣ ਆਉਂਦੇ ਆ ਲਵਾਗਾ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਸੋ ਬੋਤਲ ਆਪਾਂ ਕੋਲਡ ਡਰਿੰਕ ਵਾਲੀ ਵੀ ਪੀ ਲਈ ਤੇ ਬਾਕੀ ਮਾਹੌਲ ਪੂਰਾ ਘੈਂਟ ਬਣਿਆ ਪਿਆ ਰਸ਼ ਬਹੁਤ ਜ਼ਿਆਦਾ ਬਸ ਹੁਣ ਕੁਲਫੀ ਦੀ ਘਾਟ ਮਹਿਸੂਸ ਹੋ ਰਹੀ ਹੈ ਕੁਲਫੀ ਖਾਣੇ ਆ ਜਾ ਕੇ ਕਿੱਥੋਂ ਮਿਲੀ ਦੀ ਅੱਗੋ ਸ਼ਾਇਦ ਮਿਲੇ ਜਾ ਕੇ ਪਤਾ ਲੱਗੂਗਾ ਮੈਨੂੰ ਭਰਾਵਾ ਪੈ ਜਾ ਯਾਰ ਆਪਾਂ ਖਾਣ ਪੀਣ ਸਾਰਾ ਡਨ ਕਰ ਲਿਆ ਜਿਹੜਾ ਕੁਛ ਮਿਲਿਆ ਆਪਾਂ ਖਾ ਪੀ ਲਿਆ ਤੇ ਹੁਣ ਕਹਿੰਦੇ ਚਲੀਏ ਹੋਰ ਚਲੋ ਫਿਰ ਚਲੋ ਅਭੀ ਭੀੜ ਚੋਂ ਨਿਕਲ ਕੇ ਆ ਗਏ ਹਾਂ ਹੁਣ ਚੱਲਦੇ ਹਾਂ ਘਰੇ ਬਾਕੀ ਸੰਗਤਾਂ ਵੀ ਜਾ ਰਹੀਆਂ ਘਰੇ ਆਪੋ ਆਪਣੇ ਸੋ ਟਾਈਮ 10 ਵਜ ਗਏ ਤੇ ਦੀਵਾਨ ਤੋਂ ਜਾ ਕੇ ਆਪਾਂ ਆ ਗਏ ਘਰੇ ਇੰਨਾ ਕੁ ਪੋਸੀਬਲ ਹੋਇਆ ਮੈਂ ਵਲੋਗ ਕੀਤਾ ਤੇ ਉਹਦੇ 'ਚ ਤੁਸੀਂ ਇਹੀ ਦੇਖਿਆ ਵੀ ਰਸ਼ ਬਹੁਤ ਸੀਗਾ ਲੰਗਰ ਲੱਗੇ ਹੋਏ ਸੀਗੇ ਤੇ ਮਤਲਬ ਭੀੜ ਭੜੱਕਾ ਬਹੁਤ ਜ਼ਿਆਦਾ ਸੀਗਾ ਜਿਹੜਾ ਸਲਾਨਾ ਦੀਵਾਨ ਲੱਗਦਾ ਇਹਦੇ ਤੇ ਮੈਂ ਇੱਕ ਵਾਰੀ ਪਹਿਲਾਂ ਵੀ ਗਿਆ ਸੀ ਪਰ ਰਸ਼ ਦੇਖ ਕੇ ਮੁੜ ਗਿਆ ਸੀ ਜਿਵੇਂ ਲੰਗਰ ਲੱਗੇ ਹੋਏ ਸੀ ਤਾਂ ਉੱਥੇ ਭੀੜ ਭੜੱਕਾ ਜ਼ਿਆਦਾ ਹੀ ਹੁੰਦਾ ਸੀਗਾ ਪਰ ਐਤਕੀ ਜਿਹੜਾ ਆਪਾਂ ਦੀਵਾਨ 'ਤੇ ਗਏ ਸਾਰਾ ਕੁਛ ਦੇਖ ਕੇ ਆਏ ਨਾ ਲੰਗਰ ਪਾਣੀ ਮੱਥਾ ਟੇਕ ਕੇ ਆਏ ਬਾਕੀ ਜੋ ਵੀ ਮਾਹੌਲ ਸੀ ਦੀਵਾਨ ਦਾ ਸਾਰਾ ਕੁਛ ਦੇਖ ਕੇ ਆਏ ਸੋ ਜਿੰਨਾ ਕੁ ਪੋਸੀਬਲ ਸੀ ਮੈਂ ਵਲੋਗ ਕੀਤਾ ਤੇ ਬਾਕੀ ਜੇ ਥੋੜਾ ਬਹੁਤ ਵੀ ਪਸੰਦ ਆਏ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਇੱਦਾਂ ਦੇ ਵਲੋਗ ਆਪਾਂ ਹੋਰ ਲੈ ਕੇ ਆਉਂਦੇ ਰਹਾਂਗੇ ਓਕੇ ਬਾਬਾ ਮਿਲਦੇ ਨੈਕਸਟ ਵਲੋਗ